ਸੁਖਨਾ ਲੇਕ ਦੇ ਵਿੱਚ ਪਾਣੀ ਦੇ ਸਤਰ ਨੂੰ ਲੈ ਕੇ ਲਗਾਤਾਰ ਜਿਹੜੀਆਂ ਸ਼ੰਕਾਵਾਂ ਬਣੀਆਂ ਹੋਈਆਂ ਨੇ, ਔਰ ਕਿਤੇ ਨਾ ਕਿਤੇ ਇੱਕ ਕਹਿ ਸਕਦੇ ਹਾਂ ਕਿ ਕਿਉਂਕਿ ਪਿਛਲੇ ਸਾਲ ਜਦੋਂ ਮੀਂਹ ਬਹੁਤ ਜ਼ਿਆਦਾ ਪੈ ਗਏ ਸੀ ਤਾਂ ਗੇਟ 2-3 ਵਾਰੀ ਖੋਲ੍ਹਣੇ ਪਏ ਸੀਗੇ। ਐਕਚੁਲੀ ਇਹ ਤਾਂ ਪਿੱਛੇ ਫਲੋ 'ਤੇ ਡਿਪੈਂਡ ਕਰਦਾ, ਜਿੱਦਾਂ ਪਾਣੀ ਆਉਂਦਾ ਰਹੇਗਾ, ਜੇ 63 'ਤੇ ਪਹੁੰਚ ਜਾਂਦਾ ਤਾਂ ਆਪਾਂ ਗੇਟਸ ਖੋਲ੍ਹ ਦਾਂਗੇ, ਅਤੇ ਇਹ ਤਾਂ ਪਿੱਛੇ ਦੇ ਫਲੋ 'ਤੇ ਡਿਪੈਂਡ ਕਰਦਾ ਟੋਟਲੀ। ਹੁਣ ਥੋੜ੍ਹਾ ਫਲੋ ਘਟਿਆ ਤਾਂ ਚਾਂਸ ਹੈ ਕਿ ਵੀ ਨਹੀਂ ਖੁੱਲ੍ਹਣ। ਇਹ 2 ਨਹਿਰਾਂ ਨੇ, ਕੈਂਬ ਵਾਲਾ ਦੀ, ਇੱਕ ਸਕੇਤੜੀ ਦੀ, ਇਹ 2 ਨਹਿਰਾਂ ਤੋਂ ਹੀ ਇਨਫਲੋ ਆਉਂਦਾ ਬਸ ਲੇਕ ਨੂੰ, ਅਤੇ ਉਹੀ ਇਸ ਨੂੰ ਭਰਦੀਆਂ ਨੇ, ਅਤੇ ਹੁਣ ਉਹ ਚੱਲ ਰਹੀਆਂ ਨੇ ਫਲੋ 'ਤੇ, ਪਰ ਪਿਛਲੇ 2 ਘੰਟੇ ਤੋਂ ਉਹਨਾਂ ਦਾ ਫਲੋ ਡਾਊਨ ਹੋ ਰਿਹਾ, 1-2 ਘੰਟੇ ਤੱਕ ਜੇ ਤਾਂ ਲੈਵਲ ਵੱਧ ਰਿਹਾ, ਅਤੇ ਜੇ 63 ਤੱਕ ਪਹੁੰਚ ਜਾਂਦਾ ਤਾਂ ਆਪਾਂ ਗੇਟ ਖੋਲ੍ਹ ਜਾਂਦੇ। ਤਸਵੀਰਾਂ ਇਸ ਵਕਤ ਅਸੀਂ ਤੁਹਾਨੂੰ ਸੁਖਨਾ ਲੇਕ ਦੀਆਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਸੁਖਨਾ ਲੇਕ ਦਾ ਜਿਹੜਾ ਪਾਣੀ ਦਾ ਸਤਰ ਹੈ ਉਹ ਲਗਾਤਾਰ ਵਧਣਾ ਸ਼ੁਰੂ ਹੋ ਚੁੱਕਿਆ ਹੋਇਆ, ਔਰ ਉਸੇ ਦੇ ਚੱਲਦਿਆਂ ਹੁਣ ਚੰਡੀਗੜ੍ਹ ਪ੍ਰਸ਼ਾਸਨ ਵੀ ਹਰਕਤ ਦੇ ਵਿੱਚ ਪਹੁੰਚਿਆ ਹੋਇਆ, ਔਰ ਹਰਕਤ 'ਚ ਆ ਕੇ ਕਿਸ ਤਰੀਕੇ ਦੇ ਨਾਲ ਸੇਫਟੀ ਮੈਜਰਸ ਲੈ ਰਹੇ ਨੇ ਉਸ ਦੀ ਤਿਆਰੀ ਕਿਤੇ ਨਾ ਕਿਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇੱਥੇ ਕੀਤੀ ਜਾ ਰਹੀ ਹੈ। ਤਸਵੀਰਾਂ ਤੁਹਾਨੂੰ ਇੱਥੇ ਦਿਖਾਵਾਂਗੇ, ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਗੱਡੀ ਜਿਹੜੀ ਹੈ ਸੁਖਨਾ ਲੇਕ ਦੇ ਉਸ ਪੁਆਇੰਟ ਦੇ ਉੱਤੇ ਆ ਕੇ ਖੜ ਚੁੱਕੀ ਹੋਈ ਹੈ ਜਿੱਥੇ ਸਕੇਲ ਲੱਗਿਆ ਹੋਇਆ, ਜਿੱਥੇ ਅਕਸਰ ਜਿਹੜੀ ਹੈ ਮਾਰਕਿੰਗ ਕੀਤੀ ਜਾਂਦੀ ਹੈ ਪਾਣੀ ਦੀ ਕਿ ਕਿੰਨਾ ਕੁ ਪਾਣੀ ਜਿਹੜਾ ਸੁਖਨਾ ਲੇਕ ਦੇ ਵਿੱਚ ਪਹੁੰਚ ਚੁੱਕਿਆ ਹੋਇਆ। ਉੱਥੇ ਦੂਜੇ ਪਾਸੇ ਤੁਹਾਨੂੰ ਇੱਥੇ ਤਸਵੀਰਾਂ ਦਿਖਾਵਾਂਗੇ, ਤੁਸੀਂ ਦੇਖ ਸਕਦੇ ਹੋ ਸਕੇਲ ਇੱਥੇ ਬਣਿਆ ਹੋਇਆ, ਔਰ ਸਕੇਲ ਦਾ ਮੁਆਇਨਾ ਇੱਥੇ ਜਿਹੜੇ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਜਿਹੜੇ ਸੁਪਰਵਾਈਜ਼ਰਸ ਨੇ ਉਹ ਇੱਥੇ ਮੁਆਇਨਾ ਕਰਦੇ ਹੋਏ ਨਜ਼ਰ ਆ ਰਹੇ ਨੇ। ਫਿਲਹਾਲ ਜੇਕਰ ਗੱਲ ਕਰੀਏ ਜੋ ਪਾਣੀ ਦਾ ਸਤਰ ਹੈ ਉਹ 1162 ਤੋਂ 0.5 ਫੁੱਟ ਥੱਲੇ, ਯਾਨੀ ਕਿ 1161.5 ਫੁੱਟ ਜਿਹੜਾ ਹੈ ਇੱਥੇ ਚੜਿਆ ਹੋਇਆ, ਔਰ ਇਸ ਪਾਣੀ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਮੁਆਇਨਾ ਇੱਥੇ ਕੀਤਾ ਜਾ ਰਿਹਾ ਹੈ। ਜਿਹੜੇ ਸੁਪਰਵਾਈਜ਼ਰ ਇੱਥੇ ਪਹੁੰਚੇ ਨੇ ਅਸੀਂ ਉਹਨਾਂ ਨੂੰ ਵੀ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਖਤਰੇ ਦਾ ਨਿਸ਼ਾਨ ਕਿੱਥੇ ਹੁੰਦਾ, ਔਰ ਉਸ ਤੋਂ ਬਾਅਦ ਤੁਹਾਨੂੰ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਕਿਹੜੇ ਪ੍ਰੋਟੈਕਸ਼ਨ ਮੈਜਰ ਜਿਹੜੇ ਨੇ ਉਹ ਚੰਡੀਗੜ੍ਹ ਪ੍ਰਸ਼ਾਸਨ ਇੱਥੇ ਲੈਂਦਾ ਹੋਇਆ ਨਜ਼ਰ ਆਏਗਾ। ਸਰ ਕੀ ਨਾਂ ਜੀ ਤੁਹਾਡਾ? ਹਰਮਨਦੀਪ ਸਿੰਘ ਜੀ। ਹਰਮਨ ਜੀ, ਤੁਸੀਂ ਇੱਥੇ ਮੁਆਇਨਾ ਕਰਨ ਆਏ ਸੀਗੇ, ਕੀ ਇਸ ਵਕਤ ਪਾਣੀ ਦਾ ਲੈਵਲ ਕੀ ਬਣਿਆ ਹੋਇਆ, ਔਰ ਕਈ ਵਾਰ ਦੇਖਿਆ ਜਾਂਦਾ ਪਿਛਲੇ ਸਾਲ ਜਿੱਦਾਂ ਦੇਖਿਆ ਗਿਆ ਸੀਗਾ ਕਿ ਸੁਖਨਾ ਦੇ ਰਾਹ ਜੋ ਹੈਗਾ ਉਸਦੇ ਗੇਟ ਖੋਲ ਦਿੱਤੇ ਗਏ ਸੀਗੇ, ਕਿਸ ਲੈਵਲ 'ਤੇ ਆ ਕੇ ਗੇਟ ਖੋਲ੍ਹੇ ਜਾਂਦੇ ਨੇ ਔਰ ਕੀ ਇਸ ਵੇਲੇ ਸਥਿਤੀ ਕੀ ਹੈ? 63 ਦੇ ਖੁੱਲੂਗੇ, 1163 ਦੇ ਜੀ। 1163 ਦੇ ਖੁੱਲੂਗੇ, ਔਰ ਇਸ ਵਕਤ ਪਾਣੀ ਦਾ ਕੀ ਸਥਿਤੀ ਹੈ, ਕਿੰਨੇ ਫੁੱਟ ਤੇ ਪਹੁੰਚਿਆ ਹੈ? 1161.60 ਹੈ ਜੀ। 1161.60 ਹੈ ਜੀ। ਇਹ ਹੱਲੇ ਇਹ, ਔਰ ਇਹ ਕਿੰਨੀ ਕੁ ਸਪੀਡ ਦੇ ਕੁਝ ਵੱਧ ਰਿਹਾ, ਕੁਝ ਪਤਾ ਲੱਗ ਰਿਹਾ ਜੀ? ਜਦੋਂ ਨਦੀ 'ਚ ਪਾਣੀ ਆ ਰਿਹਾ ਜੀ, ਆ ਰਿਹਾ ਜੀ ਪਾਣੀ ਜੀ, ਪਾਣੀ ਹੱਲੇ ਵੀ ਆ ਰਿਹਾ, ਲਗਾਤਾਰ ਵੱਧ ਰਿਹਾ। ਹਾਂਜੀ ਹਾਂਜੀ, ਠੀਕ ਹੈ। ਸੋ ਕਹਿ ਰਹੇ ਨੇ ਕਿ ਪਾਣੀ ਹੱਲੇ ਵੀ ਲਗਾਤਾਰ ਵੱਧ ਰਿਹਾ, ਪਿਛਲੇ 2 ਦਿਨ ਤੋਂ ਲਗਾਤਾਰ ਜਿਹੜਾ ਹੈ ਚੰਡੀਗੜ੍ਹ ਦੇ ਵਿੱਚ ਮੂਸਲਾਧਾਰ ਬਾਰਿਸ਼ ਹੁੰਦੀ ਪਈ ਹੈ, ਔਰ ਉਸੇ ਦੇ ਚੱਲਦਿਆਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਸਤਰ ਜਿਹੜਾ ਹੈ ਉਹ 1161.6 ਦੇ ਉੱਤੇ ਪਹੁੰਚ ਚੁੱਕਿਆ ਹੋਇਆ, ਔਰ ਇਸੇ ਦਾ ਕਿਤੇ ਨਾ ਕਿਤੇ ਜਿਹੜਾ ਹੈ ਜਦੋਂ ਜਿੱਦਾਂ ਹੁਣ ਸੁਪਰਵਾਈਜ਼ ਸਾਹਿਬ ਇੱਥੇ ਮੁਆਇਨਾ ਕਰਨ ਆਏ ਸੀਗੇ, ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜੇਕਰ ਇਹ ਪਾਣੀ ਦਾ ਲੈਵਲ 1163 ਤੱਕ ਪਹੁੰਚਦਾ ਹੈ ਜੋ ਕਿ ਖਤਰੇ ਦੀ ਘੰਟੀ ਵਜਾ ਸਕਦਾ, ਸੋ ਇਸ ਲੈਵਲ ਤੱਕ ਜੇ ਪਾਣੀ ਪਹੁੰਚਦਾ ਹੈ ਤਾਂ ਸੁਖਨਾ ਚੋ ਦਾ ਜਿਹੜਾ ਕਹਿ ਸਕਦੇ ਜਿਹੜੇ ਗੇਟ ਹੈਗੇ ਨੇ, ਪਾਣੀ ਦੇ ਗੇਟ ਹੈਗੇ ਨੇ, ਉਹ ਗੇਟ ਖੋਲ੍ਹ ਦਿੱਤੇ ਜਾਣਗੇ। ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਇਸ ਚੀਜ਼ ਨੂੰ ਲੈ ਕੇ ਮੁਸਤੈਦੀ ਵਰਤ ਰਿਹਾ, ਕਿਉਂਕਿ ਜਿਸ ਤਰੀਕੇ ਨਾਲ ਲਗਾਤਾਰ ਦੱਸਿਆ ਜਾ ਰਿਹਾ ਕਿ ਪਾਣੀ ਜਿਹੜਾ ਹੈ ਪਿੱਛੋਂ ਲਗਾਤਾਰ ਆ ਰਿਹਾ, ਪਾਣੀ ਜਿਹੜਾ ਹੈ ਲਗਾਤਾਰ ਵੱਧ ਰਿਹਾ, ਅਤੇ ਜੇਕਰ ਪਾਣੀ ਵੱਧ ਜਾਂਦਾ, ਕਿਉਂਕਿ ਪਿਛਲੇ ਸਾਲ ਚੰਡੀਗੜ੍ਹ ਜੇਕਰ ਗੱਲ ਕੀਤੀ ਜਾਵੇ ਤਾਂ ਸੁਖਨਾ ਲੇਕ ਦਾ ਜਦੋਂ ਪਾਣੀ ਛੱਡਿਆ ਗਿਆ ਸੀਗਾ ਤਾਂ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਅਜਿਹੀਆਂ ਸੀਗੀਆਂ ਜਿੱਥੇ ਪਾਣੀ ਜਿਹੜਾ ਇਕੱਠਾ ਹੋ ਗਿਆ ਸੀਗਾ,
ਗੱਲ ਕਰੀਏ ਇੰਡਸਟਰੀਅਲ ਏਰੀਆ ਤੋਂ ਜਿਹੜਾ ਰੇਲਵੇ ਰੋਡ ਨੂੰ ਪੁੱਲ ਜਾਂਦਾ, ਉਹ ਪੁੱਲ ਉਸ ਪਾਣੀ ਦੇ ਵਹਾਅ ਨਾਲ ਕਿਤੇ ਨਾ ਕਿਤੇ ਢਹਿ ਗਿਆ ਸੀਗਾ। ਪਰ ਹੁਣ ਕਿਸ ਤਰੀਕੇ ਦੇ ਸੇਫਟੀ ਮੈਜ਼ਰ ਜਿਹੜੇ ਨੇ ਲਿੱਤੇ ਜਾ ਰਹੇ ਨੇ ਤਾਂ ਕਿ ਕੋਈ ਇੱਦਾਂ ਦੀ ਅਣਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਵਾਪਰੇ, ਉਸ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਕਿਸ ਤਰੀਕੇ ਦੀ ਤਿਆਰੀ ਕਰ ਰਿਹਾ, ਅਸੀਂ ਉਸ ਨਾਲ ਵੀ ਤੁਹਾਨੂੰ ਜ਼ਰੂਰ ਜਾਣੂ ਕਰਾਵਾਂਗੇ। ਸੁਖਨਾ ਲੇਕ ਦੇ ਵਿੱਚ ਪਾਣੀ ਦੇ ਸਤਰ ਨੂੰ ਲੈ ਕੇ ਲਗਾਤਾਰ ਜਿਹੜੀਆਂ ਸ਼ੰਕਾਵਾਂ ਬਣੀਆਂ ਹੋਈਆਂ ਨੇ, ਔਰ ਕਿਤੇ ਨਾ ਕਿਤੇ ਇੱਕ ਕਹਿ ਸਕਦੇ ਹਾਂ ਕਿ ਕਿਉਂਕਿ ਪਿਛਲੇ ਸਾਲ ਜਦੋਂ ਮੀਂਹ ਬਹੁਤ ਜ਼ਿਆਦਾ ਪੈ ਗਏ ਸੀ ਤਾਂ ਗੇਟ 2 ਤੋਂ 3 ਵਾਰੀ ਖੋਲ੍ਹਣੇ ਪਏ ਸੀਗੇ, ਇਸ ਵਾਰ ਕੀ ਹਾਲਾਤ ਨੇ, ਕਿਸ ਤਰੀਕੇ ਦੇ ਨਾਲ ਗੇਟ ਖੁੱਲ੍ਹਣਗੇ ਜਾਂ ਫਿਰ ਨਹੀਂ ਖੁੱਲ੍ਹਣਗੇ, ਇਸ ਦੇ ਬਾਬਤ ਅਸੀਂ ਜ਼ਰੂਰ ਜਿਹੜੇ ਅਧਿਕਾਰੀ ਨੇ ਚੰਡੀਗੜ੍ਹ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ। ਤਸਵੀਰਾਂ ਤੁਹਾਨੂੰ ਫਿਰ ਇੱਕ ਵਾਰੀ ਗੇਟ ਦੀਆਂ ਦਿਖਾ ਦੇਣਾ ਚਾਹੁੰਦੇ, ਤੁਸੀਂ ਦੇਖ ਸਕਦੇ ਹੋ ਕਿ ਗੇਟ ਫਿਲਹਾਲ ਦੇ ਸਮੇਂ ਲਈ ਬੰਦ ਪਏ ਹੋਏ ਨੇ, ਔਰ ਇਹ ਗੇਟ ਜਿਹੜੇ ਨੇ ਕਦੋਂ ਤੱਕ ਖੁੱਲ੍ਹ ਸਕਦੇ ਨੇ ਜਾਂ ਫਿਰ ਖੁੱਲ੍ਹਣਗੇ ਵੀ ਜਾਂ ਨਹੀਂ ਖੁੱਲ੍ਹਣਗੇ, ਇਹ ਕਿਸ ਦੇ ਉੱਤੇ ਨਿਰਭਰ ਕਰਦਾ। ਇਸ ਬਾਬਤ ਸਾਡੇ ਨਾਲ ਗੱਲ ਕਰਨ ਲਈ ਜੇਈ ਰਮਿਲ ਜੀ ਮੌਜੂਦ ਨੇ, ਜੋ ਕਿ ਇਸ ਸੁਖਨਾ ਲੇਕ ਦੇ ਪੂਰਾ ਮੇਨਟੇਨੈਂਸ ਦਾ ਜਿਹੜਾ ਹੈੱਡ ਕਰਦੇ ਨੇ। ਸੋ ਰਮਿਲ ਜੀ, ਕੀ ਇਸ ਵਕਤ ਹਾਲਾਤ ਕੀ ਹੈ ਔਰ ਕਿਸ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਕਿ ਗੇਟਸ ਦੇ ਖੁੱਲ੍ਹਣ ਦੇ ਆਸਾਰ ਹੈਗੇ ਨੇ, ਕਿਉਂਕਿ ਜੋ ਪਾਣੀ ਦਾ ਲੈਵਲ ਅਸੀਂ ਦੇਖ ਕੇ ਆਏ ਹਾਂ ਉਹ 1161 ਦੇ ਕਰੀਬ ਜਿਹੜਾ ਉਹ 1162 ਦੇ ਕਰੀਬ ਪਹੁੰਚਿਆ ਹੋਇਆ ਜੀ। ਹਾਂ, ਐਕਚੁਲੀ ਇਹ ਤਾਂ ਪਿੱਛੇ ਫਲੋ 'ਤੇ ਡਿਪੈਂਡ ਕਰਦਾ, ਜਿੱਦਾਂ ਪਾਣੀ ਆਉਂਦਾ ਰਹੇਗਾ, ਜੇ 63 'ਤੇ ਪਹੁੰਚ ਜਾਂਦਾ ਤਾਂ ਆਪਾਂ ਗੇਟਸ ਖੋਲ੍ਹ ਦਾਂਗੇ ਬਸ, ਅਤੇ ਇਹ ਤਾਂ ਪਿੱਛੇ ਦੇ ਫਲੋ 'ਤੇ ਡਿਪੈਂਡ ਕਰਦਾ ਟੋਟਲੀ। ਹੁਣ ਥੋੜ੍ਹਾ ਫਲੋ ਘਟਿਆ ਤਾਂ ਚਾਂਸ ਹੈ ਕਿ ਵੀ ਨਹੀਂ ਖੁੱਲ੍ਹਣ, ਅਤੇ ਬਾਕੀ ਦੇਖਦੇ ਹਾਂ ਟਾਈਮ 'ਤੇ ਡਿਪੈਂਡ ਕਰਦਾ। ਠੀਕ ਹੈ ਨਾ, ਇਹ ਫਲੋ ਜਿਹੜਾ ਹੈ ਕਿੱਥੋਂ ਕਿੱਥੋਂ ਆਉਂਦਾ ਹੈ, ਕਿਹੜੇ ਕਿਹੜੇ ਨਹਿਰਾਂ ਜਿਹੜੀਆਂ ਨੇ ਫਿਰ ਨਦੀਆਂ ਜਿਹੜੀਆਂ ਨੇ ਇੱਥੇ ਆ ਕੇ ਜਿਹਦਾ ਪਾਣੀ ਆਉਂਦਾ? ਇਹ 2 ਨਹਿਰਾਂ ਨੇ, ਕੈਂਬ ਵਾਲਾ ਅਤੇ 1 ਸਕੇਤੜੀ ਦੀ, ਇਹ 2 ਨਹਿਰਾਂ ਤੋਂ ਹੀ ਇਨਫਲੋ ਆਉਂਦਾ ਬਸ ਲੇਕ ਨੂੰ, ਅਤੇ ਉਹੀ ਇਸ ਨੂੰ ਭਰਦੀਆਂ ਨੇ, ਅਤੇ ਹੁਣ ਉਹ ਚੱਲ ਰਹੀਆਂ ਨੇ ਫਲੋ 'ਤੇ, ਪਰ ਪਿਛਲੇ 2 ਘੰਟੇ ਤੋਂ ਉਹਨਾਂ ਦਾ ਫਲੋ ਡਾਊਨ ਹੋ ਰਿਹਾ, ਤਾਂ ਹੁਣ ਦੇਖਦੇ ਹਾਂ ਆਪਾਂ 1-2 ਘੰਟੇ ਤੱਕ ਜੇ ਤਾਂ ਲੈਵਲ ਵੱਧ ਰਿਹਾ, ਅਤੇ ਜੇ 63 ਤੱਕ ਪਹੁੰਚ ਜਾਂਦਾ ਤਾਂ ਆਪਾਂ ਗੇਟ ਖੋਲ੍ਹ ਦਿਆਂਗੇ ਬਸ। ਅਤੇ ਕੋਈ ਮੌਸਮ ਵਿਭਾਗ ਦੇ ਨਾਲ ਗੱਲ ਹੋਈ ਹੋਵੇ ਇਸ ਬਾਬਤ ਲੈ ਕੇ, ਕਿਉਂਕਿ ਮੌਸਮ ਦੇ ਉੱਤੇ ਵੀ ਇੱਕ ਚੀਜ਼ ਕਾਫੀ ਨਿਰਭਰ ਕਰਦੀ ਹੈ? ਨਹੀਂ, ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਸਾਡੀ ਬਸ, ਨਾ ਹੀ ਉਹਨਾਂ ਨੇ ਸਾਨੂੰ ਕਿੱਦਾਂ ਵਾਰਨਿੰਗ ਦਿੱਤੀ ਹੈ, ਅਤੇ ਇਹ ਤਾਂ ਟੋਟਲੀ ਡਿਪੈਂਡ ਕਰਦਾ ਫਲੋ 'ਤੇ, ਜਿੱਦਾਂ ਹੀ ਇਹ ਭਰ ਜਾਏਗਾ ਅਤੇ ਆਪਾਂ ਖੋਲ੍ਹ ਦਿਆਂਗੇ, ਉਹਨਾਂ ਨਾਲ ਤਾਂ ਕੁਛ ਲਿੰਕ ਨਹੀਂ ਆ ਸਾਡਾ। ਠੀਕ ਹੈ ਜੀ, ਹਾਂਜੀ। ਸੋ ਇਹ ਨੇ ਸਾਡੇ ਨਾਲ ਜੀ ਰਮਿਲ ਜੀ, ਜੋ ਕਿ ਸਿੱਧੇ ਤੌਰ ਦੇ ਉੱਤੇ ਕਹਿ ਰਹੇ ਨੇ ਕਿ ਜੇਕਰ ਇਹ ਲੈਵਲ 1163 ਤੱਕ ਕ੍ਰੋਸ ਕਰਦਾ ਹੈ ਤਾਂ ਹੀ ਇਹ ਗੇਟਸ ਜਿਹੜੇ ਨੇ ਖੋਲ੍ਹੇ ਜਾਣਗੇ, ਅਦਰਵਾਈਜ਼ ਗੇਟਸ ਨਹੀਂ ਖੋਲ੍ਹੇ ਜਾਣਗੇ, ਇਹ ਐਜ਼ ਇਟ ਇਜ਼ ਬੰਦ ਰਹਿਣਗੇ। ਔਰ ਸਿੱਧੇ ਤੌਰ ਦੇ ਉੱਤੇ ਕਹਿ ਰਹੇ ਨੇ ਕਿ ਜਿਹੜੀਆਂ 2 ਨਹਿਰਾਂ ਆਉਂਦੀਆਂ ਨੇ ਇਹ ਜਿਹੜਾ ਹੈ ਉਹਨਾਂ ਨਹਿਰਾਂ ਦੇ ਪਾਣੀ ਦੇ ਉੱਤੇ ਨਿਰਭਰ ਕਰਦਾ ਕਿ ਫਲੋ ਕਿੰਨਾ ਕੁ ਤੇਜ਼ ਹੈ ਕਿੰਨਾ ਕੁ ਨਹੀਂ। ਜੇਕਰ ਫਲੋ ਤੇਜ਼ ਆਏਗਾ ਤਾਂ ਹੀ ਇਹ ਗੇਟ ਖੋਲ੍ਹਿਆ ਜਾਏਗਾ, ਜੇਕਰ 163 ਦਾ ਲੈਵਲ ਪਾਰ ਹੁੰਦਾ ਤਾਂ ਹੀ ਇਹ ਗੇਟ ਜਿਹੜਾ ਚੰਡੀਗੜ੍ਹ ਦੇ ਸੁਖਨਾ ਲੇਕ ਦਾ ਸਪਿਲਵੇ ਦਾ ਗੇਟ ਖੋਲ੍ਹਿਆ ਜਾਏਗਾ। ਕੈਮਰਾ ਪਰਸਨ ਸ਼ਿਵਮ ਦੇ ਨਾਲ ਸਾਇੰਦਰੂ ਲਾਲ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।